ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਮੈਂ ਤੁਹਾਡਾ ਦੋਸਤ ਅਵਤਾਰ ਸਿੰਘ ਹਠੂਲ ਅੱਜ ਤੁਹਾਡੇ ਨਾਲ ਆਪਣੀ ਲਿਖੀ ਕਹਾਣੀ ਫਰਜ਼ ਸਾਂਝੀ ਕਰਨ ਜਾ ਰਿਹਾ ਹਾਂ। ਰੂਬੀ ਰੋਂਦੀ ਰੋਂਦੀ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪਣੀ ਮਾਂ ਕੋਲ ਆ ਕੇ ਕਹਿਣ ਲੱਗੀ, ਮੰਮੀ ਮੰਮੀ ਡੈਡੀ ਨੂੰ ਕਹਿ ਦਿਉ ਨਾ ਮੈਨੂੰ ਸਾਈਕਲ ਹੀ ਲਿਆ ਦੇਣ। ਮੰਮੀ ਜੀ, ਮੈਂ ਕੱਲ੍ਹ ਵੀ ਡੈਡੀ ਜੀ ਨੂੰ ਆਖਿਆ ਸੀ ਕਿ ਮੈਨੂੰ ਸਾਈਕਲ ਹੀ ਲਿਆ ਦਿਓ, ਫਿਰ ਮੈਂ ਤੁਹਾਨੂੰ ਉੱਪਰ ਬਿਠਾ ਕੇ ਬਾਹਲੇ ਝੂਟੇ ਦਿਆ ਕਰੂੰਗੀ। ਰੂਬੀ ਆਪਣੇ ਬਚਪਨੇ ਵਿੱਚ ਬੋਲਦੀ ਜਾ ਰਹੀ ਸੀ, ਨਾਲੇ ਮੰਮੀ ਨੰਦੇ ਚਾਚੇ ਨੇ ਵੀ ਤਾਂ ਪੀਤੇ ਵੀਰੇ ਨੂੰ ਲਿਆ ਕੇ ਹੀ ਦਿੱਤੀ ਆ, ਉਹ ਰੋਜ਼ ਖੇਲੀ ਜਾਂਦਾ ਹੁੰਦਾ ਸਾਈਕਲ ਨਾਲ ਜਦੋਂ ਮੈਂ ਉਹਨਾਂ ਦੇ ਘਰ ਜਾਂਦੀ ਹਾਂ, ਵੀਰਾ ਵੀ ਮੈਨੂੰ ਖੇਲਣ ਨਹੀਂ ਦਿੰਦਾ। ਮੰਮੀ ਮੰਮੀ ਸੁਣਦੀ ਕਿਉਂ ਨਹੀਂ? ਰੂਬੀ ਦੀ ਮਾਂ ਆਪਣੀ 5 ਸਾਲ ਦੀ ਬੱਚੀ ਨੂੰ ਸਾਈਕਲ ਲਈ ਫਰਿਆਦ ਕਰਦੀ ਨੂੰ ਵੇਖ ਆਪਣੀ ਬੇਵਸੀ ਤੋਂ ਮਜਬੂਰ ਹੋਈ ਰੂਬੀ ਨੂੰ ਦਿਲਾਸਾ ਦਿੰਦੀ ਆਖ ਰਹੀ ਸੀ, ਲੈ ਪੁੱਤ ਕੋਈ ਨਾ, ਤੂੰ ਥੋੜ੍ਹੀ ਜਿਹੀ ਵੱਡੀ ਹੋ ਜਾ, ਫਿਰ ਤੈਨੂੰ ਵੱਡੀ ਸਾਈਕਲ ਲੈ ਕੇ ਦੇਵਾਂਗੇ, ਨਾਲੇ ਉਦੋਂ ਤੱਕ ਤੇਰੇ ਡੈਡੀ ਕੋਲ ਬਾਹਲੇ ਪੈਸੇ ਆ ਜਾਣਗੇ। ਰੂਬੀ ਮਾਂ ਦੀ ਗੋਦੀ ਵਿੱਚ ਬੈਠਦਿਆਂ ਬੋਲੀ, ਲੈ ਮੰਮੀ ਹਰ ਵਾਰੀ ਇਸ ਤਰ੍ਹਾਂ ਆਖ ਦਿੰਦੇ ਹੋ ਤੁਸੀਂ, ਹੁਣ ਤਾਂ ਮੈਂ 2 ਕਲਾਸ ਵਿੱਚ ਵੀ ਹੋਣ ਵਾਲੀ ਹਾਂ, ਪਰ ਤੁਸੀਂ ਮੈਨੂੰ ਕਦੇ ਕੁਝ ਨਹੀਂ ਲੈ ਕੇ ਦਿੰਦੇ। ਕੋਈ ਨਾ ਪੁੱਤ, ਅੱਜ ਆਉਣ ਦੇ ਤੇਰੇ ਡੈਡੀ ਨੂੰ ਕੰਮ ਤੋਂ, ਮੈਂ ਆਖਾਂਗੀ ਜ਼ਰੂਰ ਆਏ ਨੂੰ। ਮਾਂ ਨੇ ਰੂਬੀ ਨੂੰ ਗੋਦੀ ਵਿੱਚ ਲੈਂਦਿਆਂ ਪਿਆਰ ਨਾਲ ਲੋਰੀ ਦਿੰਦਿਆਂ ਸਲਾਹ ਦਿੱਤਾ। ਇੱਧਰ ਹਰ ਰੋਜ਼ ਦੀ ਤਰ੍ਹਾਂ ਰੂਬੀ ਦਾ ਡੈਡੀ ਦੇਵ ਘਰ ਆਉਂਦੇ ਸਮੇਂ ਰੋਜ਼ ਸ਼ਰਾਬ ਪੀ ਕੇ ਹੀ ਘਰ ਵੜਦਾ, ਆਉਂਦੇ ਸਾਰ ਹੀ ਰੂਬੀ ਦੀ ਮਾਂ ਨੂੰ ਗਾਲੀ ਗਲੋਚ ਵੀ ਕਰਦਾ, ਹੋਰ ਵੀ ਪਤਾ ਨਹੀਂ ਕੀ ਕਹਿੰਦਾ ਰਹਿੰਦਾ। ਰੂਬੀ ਦੀ ਮਾਂ ਚੁੱਪ ਚਾਪ ਸਭ ਸਹਿਣ ਕਰਦੀ ਜਰ ਲੈਂਦੀ। ਅੱਜ ਦੇਵ ਨੂੰ ਰੋਟੀ ਫੜਾਉਂਦੀ ਰੂਬੀ ਦੀ ਮਾਂ ਕਹਿਣ ਲੱਗੀ, ਵੇਖੋ ਰੂਬੀ ਦੇ ਪਾਪਾ, ਮੇਰੇ ਕੋਲੋਂ ਨਹੀਂ ਰੋਜ਼ ਰੂਬੀ ਨੂੰ ਝੂਠ ਬੋਲਿਆ ਜਾਂਦਾ, ਤੁਸੀਂ ਇੱਕ ਸਾਈਕਲ ਹੀ ਲਿਆ ਦਿਓ ਨਾ ਵਿਚਾਰੀ ਨੂੰ, ਆਪਣੇ ਇੱਕੋ ਇੱਕ ਤਾਂ ਧੀ ਆ, ਤੁਸੀਂ ਉਸ ਨੂੰ ਵੀ ਕਦੇ ਕੁਝ ਨਹੀਂ ਲਿਆ ਕੇ ਦਿੱਤਾ, ਉੱਦਾਂ ਵੀ ਹਰ ਰੋਜ਼ ਕਿੰਨੇ ਪੈਸਿਆਂ ਦੀ ਸ਼ਰਾਬ ਪੀ ਹੀ ਜਾਂਦੇ ਹੋ। ਇਹ ਸੁਣਦਿਆਂ ਹੀ ਦੇਵ ਲੋਹਾ ਲਾਖਾ ਹੋ ਗਿਆ, ਤੂੰ ਚੁੱਪ ਹੁੰਦੀ ਹੈ ਕਿ ਨਹੀਂ, ਚਾਹੀਦੀ ਆ ਇਸ ਦੀ ਜੰਮੀ ਨੂੰ ਸਾਈਕਲੀ। ਕਦੇ ਕਦੇ ਰੂਬੀ ਦੀ ਮਾਂ ਉੱਪਰ ਹੱਥ ਵੀ ਚੁੱਕਦਾ, ਤੈਨੂੰ ਆਖਿਆ ਹੈ ਨਾ ਕਿੰਨੀ ਵਾਰੀ ਕਿ ਮੈਂ ਨਹੀਂ ਕੋਈ ਸਾਈਕਲੀ ਲੈ ਕੇ ਦੇਣੀ ਕੁੜੀ ਨੂੰ, ਜਿਸ ਦਿਨ ਮੁੰਡਾ ਜੰਮੇਗੀ ਉਸ ਦਿਨ ਮੋਟਰਸਾਈਕਲ ਵੀ ਲੈ ਕੇ ਦਊਂਗਾ ਉਸਨੂੰ, ਪਰ ਇਸ ਕਲਮੂਹੀ ਨੂੰ ਤਾਂ ਇੱਕ ਸਾਈਕਲੀ ਦੀ ਟੱਲੀ ਵੀ ਨਾ ਲੈ ਕੇ ਦੇਵਾਂ, ਐਵੇਂ ਲੱਗ ਜਾਂਦੀ ਹੈ ਸਾਰੀ ਮੇਰੀ ਪੀਤੀ ਲਾਉਣ ਨੂੰ। ਰੂਬੀ ਦੀ ਮਾਂ ਆਪਣੇ ਹੰਝੂ ਅੰਦਰੇ ਅੰਦਰ ਮਾਰਦੀ ਮਜਬੂਰ ਹੋਈ ਚੁੱਪ ਕਰ ਗਈ। ਅਗਲੇ ਦਿਨ ਰੋਜ਼ ਦੀ ਤਰ੍ਹਾਂ ਕੰਮ ਕਰਕੇ ਆਪਣੇ ਸਾਈਕਲ 'ਤੇ ਦੇਵ ਸ਼ਹਿਰ ਤੋਂ ਸ਼ਾਮ ਨੂੰ ਵਾਪਸ ਆਉਂਦੇ ਸਮੇਂ ਸੜਕ ਦੇ ਕੰਢੇ ਬਣੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਜ਼ਿਆਦਾ ਪੀ ਕੇ ਘਰ ਵਾਪਸ ਆ ਰਿਹਾ ਸੀ। ਅੱਜ ਦੇਵ ਨੂੰ ਇੰਨੀ ਜ਼ਿਆਦਾ ਚੜ੍ਹ ਗਈ ਸੀ ਕਿ ਬੇਹੋਸ਼ੀ ਦੀ ਹਾਲਤ ਵਿੱਚ ਆਪਣੇ ਸਾਈਕਲ ਤੋਂ ਸੜਕ ਦੇ ਕਿਨਾਰੇ 'ਤੇ ਹੀ ਡਿੱਗ ਪਿਆ। ਹਰ ਕੋਈ ਆਉਂਦਾ ਜਾਂਦਾ ਸ਼ਰਾਬੀਆ ਕੋਲੋਂ ਦੀ ਲੰਘ ਜਾਂਦਾ। ਇੰਨੇ ਨੂੰ ਇੱਕ ਸਵਿਫਟ ਕਾਰ ਕੋਲੋਂ ਦੀ ਲੰਘਦੀ ਦੇਵ ਨੂੰ ਵੇਖ ਰੁੱਕ ਗਈ। ਉਹਨਾਂ ਹੇਠਾਂ ਉਤਰ ਕੇ ਦੇਵ ਦੀ ਹਾਲਤ ਵੇਖੀ, ਆਪਣੇ ਆਸੇ ਪਾਸੇ ਨਿਗਾਹ ਮਾਰਦਿਆਂ ਉਹਨਾਂ ਨੂੰ ਸੜਕ ਦੇ ਕਿਨਾਰੇ ਇੱਕ ਘਰ ਦਿਖਾਈ ਦਿੱਤਾ। ਗੱਡੀ ਵਾਲਿਆਂ ਨੇ ਘਰ ਵਾਲਿਆਂ ਦੀ ਮਦਦ ਨਾਲ ਦੇਵ ਨੂੰ ਚੁੱਕ ਕੇ ਆਪਣੀ ਗੱਡੀ ਵਿੱਚ ਬਿਠਾ ਲਿਆ। ਦੇਵ ਦਾ ਸਾਈਕਲ ਉਸ ਘਰ ਵਾਲਿਆਂ ਨੂੰ ਆਪਣੇ ਕੋਲ ਰੱਖਣ ਲਈ ਆ ਕੇ ਦੇਵ ਨੂੰ ਆਪਣੇ ਨਾਲ ਘਰ ਲੈ ਆਏ। ਘਰ ਆ ਕੇ ਦੇਵ ਨੂੰ ਦਵਾਈ ਵੀ ਦਿੱਤੀ। ਸਵੇਰੇ ਹੋ ਸੌਣ 'ਤੇ ਦੇਵ ਆਪਣੇ ਆਪ ਨੂੰ ਇੱਕ ਅਣਜਾਣ ਘਰ ਵਿੱਚ ਆਪਣੇ ਸਾਹਮਣੇ ਇੱਕ ਬਜ਼ੁਰਗ ਸਰਦਾਰ ਨੂੰ ਬੈਠਿਆਂ ਵੇਖ ਹੈਰਾਨ ਹੁੰਦਿਆਂ ਪੁੱਛ ਰਿਹਾ ਸੀ, ਸਰਦਾਰ ਜੀ ਮੈਂ ਇੱਥੇ ਕਿਵੇਂ? ਬਜ਼ੁਰਗ ਦੇਵ ਨੂੰ ਕਹਿਣ ਲੱਗਾ, ਉਹ ਕੋਈ ਨਾ ਭਾਈ ਜੀ, ਤੁਸੀਂ ਇਸ ਨੂੰ ਆਪਣਾ ਘਰ ਹੀ ਸਮਝੋ,
ਰਾਤ ਤੁਸੀਂ ਸਾਨੂੰ ਬੇਹੋਸ਼ੀ ਹਾਲਤ ਵਿੱਚ ਮਿਲੇ ਸੀ, ਅਸੀਂ ਤੁਹਾਨੂੰ ਨਾਲ ਲੈ ਆਏ। ਜੇ ਅਸੀਂ ਤੁਹਾਨੂੰ ਸੜਕ ਦੇ ਕਿਨਾਰੇ ਤੋਂ ਨਾ ਚੁੱਕਦੇ ਤਾਂ ਹੋ ਸਕਦਾ ਸੀ ਤੁਹਾਡੇ ਉੱਪਰ ਕੋਈ ਵੱਡੀ ਗੱਡੀ ਚੜ੍ਹ ਜਾਂਦੀ ਅਤੇ ਤੁਹਾਡੀ ਮੌਤ ਹੋ ਜਾਂਦੀ। ਦੇਵ ਆਪਣੀ ਮੌਤ ਹੋ ਜਾਂਦੀ ਬਾਰੇ ਸੋਚ ਆਪਣੇ ਪਰਿਵਾਰ ਦਾ ਫਿਕਰ ਕਰਦਿਆਂ ਬਜ਼ੁਰਗ ਸਰਦਾਰ ਜੀ ਦਾ ਧੰਨਵਾਦ ਕਰਨ ਲੱਗਾ। ਸਰਦਾਰ ਜੀ, ਤੁਸੀਂ ਮੇਰੀ ਜਾਨ ਬਚਾਈ ਹੈ। ਅੱਗੋਂ ਬਜ਼ੁਰਗ ਸਰਦਾਰ ਜੀ ਦੇਵ ਨੂੰ ਕਹਿਣ ਲੱਗਾ, ਉਹ ਭਗਤਾ ਮੇਰਾ ਕਿਉਂ ਧੰਨਵਾਦ ਕਰਦਾ ਏ? ਧੰਨਵਾਦ ਕਰਨਾ ਏ ਤਾਂ ਉਸ ਰੱਬ ਦਾ ਕਰ ਜਿਸ ਨੇ ਮੈਨੂੰ ਇੰਨੀ ਸਿਆਣੀ ਧੀ ਦਿੱਤੀ ਹੈ। ਮੇਰੀ ਧੀ ਹੀ ਤੈਨੂੰ ਮੇਰੇ ਨਾਲ ਇੱਥੇ ਲੈ ਕੇ ਆਈ ਹੈ। ਉਹ ਕਮਲਿਆ, ਮੈਨੂੰ ਤਾਂ ਗੱਡੀ ਵੀ ਨਹੀਂ ਆਉਂਦੀ ਚਲਾਉਣੀ। ਮੇਰੀ ਧੀ ਹੀ ਮੇਰੇ ਲਈ ਪੁੱਤ ਹੈ, ਜੋ ਡਾਕਟਰ ਵੀ ਹੈ ਅਤੇ ਹਰ ਲੋੜਵੰਦ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੀ ਹੈ। ਤੈਨੂੰ ਦਵਾਈ ਵੀ ਮੇਰੀ ਧੀ ਨੇ ਹੀ ਦਿੱਤੀ ਸੀ ਰਾਤ, ਨਾਲੇ ਆ ਜਹਾਜ਼ਾਂ ਵਰਗੀਆਂ ਗੱਡੀਆਂ ਵਿੱਚ ਜੋ ਝੂਟੇ ਦਿੰਦੀ ਹੋਈ ਸਭ ਜਗ੍ਹਾ ਮੈਨੂੰ ਲੈ ਕੇ ਜਾਂਦੀ ਹੈ। ਦੇਵ ਨੂੰ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਨੂੰ ਆਪਣੀ ਧੀ ਰੂਬੀ ਦੀ ਸੈਂਕਲੀ ਲੈਣ ਲਈ ਰੋਜ਼ ਦੀ ਕਹੀ ਗੱਲ ਯਾਦ ਆ ਰਹੀ ਸੀ। ਡੈਡੀ ਡੈਡੀ, ਸੈਂਕਲੀ ਲੈ ਦਿਉ ਨਾ, ਮੈਂ ਤੁਹਾਨੂੰ ਉਸ 'ਤੇ ਬਿਠਾ ਕੇ ਝੂਟੇ ਦਿਆ ਕਰੂੰਗੀ ਅਤੇ ਵੱਡੀ ਹੋ ਕੇ ਮੈਂ ਤੁਹਾਨੂੰ ਗੱਡੀ ਲੈ ਕੇ ਉਸ ਉੱਪਰ ਬਿਠਾ ਕੇ ਨਾਨਕੇ ਵੀ ਲੈ ਕੇ ਜਾਇਆ ਕਰੂੰਗੀ। ਦੇਵ ਰੱਬ ਦਾ ਸ਼ੁਕਰ ਕਰਦੇ ਹੋਏ ਰੱਬ ਕੋਲ ਬਜ਼ੁਰਗ ਧੀ ਦੀ, ਡਾਕਟਰ ਧੀ ਦੀ ਲੰਬੀ ਉਮਰ ਦੀ ਫਰਿਆਦ ਕਰਦਿਆਂ ਅਤੇ ਜ਼ਿੰਦਗੀ ਵਿੱਚ ਇੱਕ ਸਬਕ ਲੈਂਦਿਆਂ ਆਪਣੇ ਘਰ ਨੂੰ ਆਉਣ ਦੀ ਆਗਿਆ ਮੰਗ ਰਿਹਾ ਸੀ। ਡਾਕਟਰ ਕੁੜੀ ਅਤੇ ਬਜ਼ੁਰਗ ਪਿਓ ਨੇ ਦੇਵ ਨੂੰ ਘਰ ਤੋਂ ਜਾਣ ਲੱਗੇ ਨੂੰ ਕਿਹਾ, ਉਹ ਭਲਿਆ ਮਾਨਸਾ, ਇਸ ਤਰ੍ਹਾਂ ਕਰਕੇ ਇਹ ਗੇਟ ਲਾਗੇ ਖੜ੍ਹਾ ਮੇਰਾ ਸਾਈਕਲ ਲੈ ਜਾ। ਤੇਰਾ ਸਾਈਕਲ ਰਾਤੀ ਅਸੀਂ ਸੜਕ ਦੇ ਕਿਨਾਰੇ ਬਣੇ ਘਰ ਛੱਡ ਆਏ ਸੀ, ਆਉਂਦਾ ਜਾਂਦਾ ਕਿਸੇ ਦਿਨ ਨਾਲੇ ਸਾਨੂੰ ਮਿਲ ਜਾਈ, ਨਾਲੇ ਉਸ ਘਰੋਂ ਆਪਣਾ ਸਾਈਕਲ ਲੈ ਕੇ ਇਹ ਸਾਈਕਲ ਇੱਥੇ ਛੱਡ ਜਾਈ। ਦੇਵ ਨੇ ਬਜ਼ੁਰਗ ਸਰਦਾਰ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਘਰੋਂ ਨਿਕਲ ਕੇ ਸਭ ਤੋਂ ਪਹਿਲਾਂ ਸ਼ਹਿਰ ਵਿੱਚੋਂ ਸਾਈਕਲਾਂ ਵਾਲੀ ਦੁਕਾਨ ਤੋਂ ਆਪਣੀ ਧੀ ਰੂਬੀ ਲਕੜੀ ਖਰੀਦ ਲਈ ਅਤੇ ਘਰ ਨੂੰ ਆਉਂਦੇ ਸਮੇਂ ਰਸਤੇ ਵਿੱਚ ਆਪਣੇ ਮੁੰਡੇ ਪ੍ਰਤੀ ਲਾਲਚ ਨੂੰ ਮਾਰ ਕੇ ਆਪਣੀ ਰੋਜ਼ ਦੀਆਂ ਸ਼ਰਾਬ ਪੀਣ ਦੀਆਂ ਵਰਗੀਆਂ ਆਦਤਾਂ ਤੋਂ ਤੋਬਾ ਕਰਦਾ ਹੋਇਆ ਆਪਣੇ ਮਨ ਵਿੱਚ ਆਪਣਾ ਫਰਜ਼ ਸਮਝ ਕੇ ਆਪਣੀ ਧੀ ਦੀਆਂ ਸਾਰੀਆਂ ਖੁਆਇਸ਼ਾਂ ਨੂੰ ਪੂਰਾ ਕਰਦਾ ਅਤੇ ਆਪਣੀ ਧੀ ਨੂੰ ਪੂਰਾ ਪੜ੍ਹਾ ਲਿਖਾ ਕੇ ਬਜ਼ੁਰਗ ਸਰਦਾਰ ਦੀ ਧੀ ਵਰਗੀ ਬਣਾਉਣ ਦਾ ਆਪਣੇ ਆਪ ਨਾਲ ਵਾਅਦਾ ਕਰ ਰਿਹਾ ਸੀ। ਦੋਸਤੋ, ਆਖਿਰ ਵਿੱਚ ਮੈਂ ਇਹੀ ਕਹਾਂਗਾ ਕਿ ਧੀਆਂ ਨੂੰ ਵੀ ਘਰਾਂ ਵਿੱਚ ਪੁੱਤਰਾਂ ਵਾਂਗ ਸਨਮਾਨ ਮਿਲਣਾ ਚਾਹੀਦਾ ਹੈ। ਦੁਨੀਆਂ ਦਾ ਉਹ ਕਿਹੜਾ ਖੇਤਰ ਹੈ ਜਿਸ ਵਿੱਚ ਧੀਆਂ ਨੇ ਮੁੰਡਿਆਂ ਨਾਲੋਂ ਵੱਧ ਮੱਲਾਂ ਨਹੀਂ ਮਾਰੀਆਂ? ਲੋੜ ਹੈ ਆਪਾਂ ਨੂੰ ਛੋਟੀਆਂ ਹੁੰਦੀਆਂ ਨੂੰ ਹੀ ਬਰਾਬਰ ਦੇ ਅਧਿਕਾਰ ਦੇਣ ਦੀ, ਤਾਂ ਜੋ ਇਹਨਾਂ ਵਿੱਚ ਵੀ ਸ਼ੁਰੂ ਤੋਂ ਆਤਮ ਵਿਸ਼ਵਾਸ ਜਾਗੇ ਅਤੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਾ ਸਮਝਣ ਅਤੇ ਸਮਾਜ ਵਿੱਚ ਵੱਧ ਚੜ੍ਹ ਕੇ ਬੁਰਾਈਆਂ ਦੇ ਖਿਲਾਫ ਆਪਣਾ ਯੋਗਦਾਨ ਪਾਉਣ। ਦੋਸਤੋ, ਕਹਾਣੀ ਕਿਸ ਤਰ੍ਹਾਂ ਲੱਗੀ? ਤੁਸੀਂ ਸਾਨੂੰ ਆਪਣੇ ਕੀਮਤੀ ਸੁਝਾਅ ਸਾਡੇ ਯੂਟਿਊਬ ਚੈਨਲ 'ਤੇ ਕਮੈਂਟ ਕਰਕੇ ਜਾਂ ਫਿਰ ਮੇਰੇ ਨੰਬਰ 82888 17300 20 ਅਤੇ ਮੇਰੇ ਨਾਲ ਸੰਪਰਕ ਕਰਕੇ ਭੇਜ ਸਕਦੇ ਹੋ। ਦੋਸਤੋ, ਅੱਗੇ ਤੋਂ ਹੋਰ ਸਮਾਜਿਕ ਮੁੱਦਿਆਂ 'ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਪੰਜਾਬੀ ਦਿਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਕਹਾਣੀ ਪਸੰਦ ਆਈ ਤਾਂ ਆਪਣਾ ਫਰਜ਼ ਸਮਝ ਕੇ ਜ਼ਰੂਰ ਸ਼ੇਅਰ ਕਰਿਓ। ਧੰਨਵਾਦ ਦੋਸਤੋ, ਤੁਹਾਡਾ ਆਪਣਾ ਦੋਸਤ ਅਵਤਾਰ ਸਿੰਘ ਹਟੂ। ਖੁਦਾ ਹਾਫਿਜ਼।